ਯਾਰ ਡਰਦੇ ਵੇਖ ਮੇਰੇ ਕੋ ਕਿੱਦਾਂ ਲੋਕੀ ਆ ਆ ਜਾਓ ਉਰੇ ਦੱਸੋ ਕਿੰਨੇ ਪੈਸੇ ਚਾਹੀਦੇ ਯਾਰ ਮੈਨੂੰ ਮੇਰੇ ਤੇ ਇੱਕ ਰੁਪਈਆ ਵੀ ਚਲੋ ਵਿੱਚੋਂ ਕਿਤੇ ਸਮੋਸਾ ਮੈਂ ਖਾ ਲੈਣਾ ਹੁੰਦਾ ਬਸ ਨਹੀਂ ਨਹੀਂ ਉਹ ਪੱਲੇ ਖਾਇਆ ਕਰ ਅੱਛਾ ਜੀ ਉਹ ਮੈਂ ਪੱਲੇ ਖਾਵਾਂਗਾ ਸਰ ਪਹਿਲੇ ਮੈਨੂੰ ਦੱਸੋ ਮੈਂ ਐਵੇਂ ਨਹੀਂ ਲੈ ਰਿਹਾ ਪੈਸੇ ਮੈਂ ਪਹਿਲੇ ਬੰਦੇ ਨੂੰ ਸਵਾਲ ਕਰਦਾ ਜੇ ਜਵਾਬ ਆ ਜਾਏ ਫਿਰ ਨਹੀਂ ਮੈਂ ਲੈਂਦਾ ਜਵਾਬ ਬੜੇ ਮੁਸ਼ਕਿਲ ਨੂੰ ਦੇ ਦੇ ਨਹੀਂ ਈਜ਼ੀਲੀ ਮੈਨੂੰ ਇਹ ਦੱਸੋ ਵੀ ਮੈਂ ਤੁਹਾਨੂੰ ਕਿਹੜਾ ਐਸਾ ਸਵਾਲ ਆ ਮੈਂ ਤੁਹਾਨੂੰ ਜਿੰਨੀ ਵਾਰੀ ਕਰਾਂਗਾ ਨਾ ਤੁਸੀਂ ਉਹਦਾ ਮੈਨੂੰ ਡਿਫਰੈਂਟ ਹੀ ਜਵਾਬ ਦੇਣਾ ਮਤਲਬ ਤੁਸੀਂ ਚੇਂਜ ਜਵਾਬ ਦੇਣਾ ਮੁਖਤਲਿਫ ਹਰ ਵਾਰੀ ਅਤੇ ਸਵਾਲ ਉਹੀ ਹੋਣਾ ਔਰ ਤੁਹਾਡਾ ਹਰ ਜਵਾਬ ਵੀ ਠੀਕ ਹੋਣਾ ਸਰ ਦੱਸੋ ਨਹੀਂ ਤਾਂ ਡੈਮ ਦੇ ਪੈਸੇ ਦਿਓ ਡੈਮ ਦੇ ਪੈਸੇ ਵੀ ਲੈ ਲਓ ਤੁਸੀਂ ਫਿਰ ਤੁਸੀਂ ਦੱਸੋ ਜਵਾਬ ਜਵਾਬ ਮੈਂ ਦੇ ਕੇ ਜਾਵਾਂਗਾ ਚਲੋ ਲੈ ਲਓ ਪੈਸੇ ਲੈਣ ਲਿਆ ਦਿਓ ਕਿੰਨੇ ਜਿੰਨੇ ਤੁਹਾਡਾ ਜਿੰਨੇ ਤੁਸੀਂ ਸੋਚਦੇ ਜੇ ਕਿ ਯਾਰ ਮੈਨੂੰ ਇਹ ਨਹੀਂ ਮੈਂ ਕਹਿੰਦਾ ਵੀ ਤੁਸੀਂ ਮਤਲਬ ਤੁਹਾਡੇ ਕੋਲ ਅਗਰ ਲੱਖ ਰੁਪਇਆ ਤਾਂ ਤੁਸੀਂ ਮੈਨੂੰ ਵੀ 84,000 ਹੀ ਦੇ ਦਿਓ ਮਾਸ਼ਾਅੱਲਾ ਜੇ ਤਾਂ ਅੱਜ ਕਾਲ ਵੀ ਟੱਕਰ ਰਿਹਾ ਮੈਨੂੰ ਅੱਲਾ ਖੈਰ ਕਰੇ ਆ ਬੇਲੀ ਹੈ ਸਾਰੇ ਇਹਨੂੰ ਸਾਈਡ ਵਾਲੀ ਜੇਬ ਚ ਪਾਓ ਹਾਂ ਉੱਪਰ ਪੈਸੇ ਵੀ ਹੈ ਹੈਗੇ ਆ ਕੱਢੋ ਬਿੱਲਾਂ ਚ ਦੇ ਦਾਂ ਕੱਢੋ ਇਹ ਵਾਪਟਾ ਚ ਦੇ ਦੇਣਾ ਕਹੀਂ ਓਏ ਸ਼ੁਕਰ ਆ ਲਓ ਜੀ ਸਰ ਬਹੁਤ ਸ਼ੁਕਰੀਆ ਸ਼ੁਕਰੀਆ ਇਹ ਇੱਕ ਇੱਕ ਰੁਪਈਆ ਬੈਂਕ ਚ ਜਾਣਾ ਸਾਡਾ ਇਨਸ਼ਾਅੱਲਾ ਇਨਸ਼ਾਅੱਲਾ ਭਾਵੇਂ ਕੋਈ 10 ਰੁਪਏ ਵੀ ਦਿੰਦਾ ਨਾ ਉਹ ਵੀ ਬੈਂਕ ਚ ਜਾਣਾ ਅੱਲਾ ਖੈਰ ਤੂੰ ਬੜੇ ਹਿਸਾਬ ਨਾਲ ਮੇਰੇ ਨਾਲ ਲੱਗ ਕੇ ਹੈ ਹਿਸਾਬ ਨਾਲ ਕੱਢ ਪੈਸੇ ਇੰਨੇ ਕੁ ਦੇਈ ਮੈਂ ਬੈਂਕ ਚ ਜਾਵਾਂ ਤੇ ਉਹ ਕਹਿਣ ਵਾਕਈ ਯਾਰ ਕੋ ਪੈਸੇ ਆਏ ਆ ਮੈਂ ਇਧਰੋਂ ਇਧਰ ਅੱਛਾ ਇਧਰ ਅੱਛਾ ਮਤਲਬ ਹਵਾ ਟੈਪ ਬਣ ਕੇ ਫਿਰ ਰਹੇ ਹੋ ਜਿੱਧਰ ਮਰਦੀ ਇਹਨਾਂ ਹਰਕਤਾਂ ਦੀ ਵਜ੍ਹਾ ਤੋਂ ਲੋਕੀ ਮੈਨੂੰ ਕਹਿੰਦੇ ਨੇ ਕਿ ਯਾਰ ਤੂੰ ਆਪਣੇ ਬੰਦੇ ਪਹਿਲੇ ਖਿਲਾ ਰਹੇ ਹੁੰਦੇ ਐਂਡ ਫੌਰਨ ਤੁਸੀਂ ਮੈਨੂੰ ਵਾਕਫੀਅਤ ਕੱਢ ਲੈਣੇ ਨਾ ਪਤਾ ਥੋੜ੍ਹਾ ਜਿਹਾ ਘੱਟ ਕੇ ਰਵੇ ਸਟਾਰਟ 'ਤੇ ਪਹਿਲੇ ਇੰਝ ਕਰਿਆ ਕਰੋ ਨਾ ਮੂੰਹ ਲੁਕੋ ਕੇ ਆਇਆ ਕਰੋ ਤਾਂ ਕਿ ਅਸੀਂ ਤੁਹਾਨੂੰ ਪਛਾਣੀਏ ਹੀ ਨਾ ਮੂੰਹ ਲੁਕੋ ਕੇ ਜਦੋਂ ਮੈਂ ਆਵਾਂਗਾ ਨਾ ਉਦੋਂ ਮੇਰੇ ਨਾਲ 60-70-100 ਬੰਦਾ ਵੀ ਹੋਏਗਾ ਉਦੋਂ ਤੁਸੀਂ ਪੂਰੀ ਤਿਆਰੀ ਰੱਖਣੀ ਫਿਲਹਾਲ ਮੈਂ ਇੱਦਾਂ ਹੀ ਆਇਆ ਹਾਂਜੀ ਅੱਛਾ ਅਤੇ ਉਦੋਂ ਕੀ ਤੁਹਾਨੂੰ ਦਫਨਾ ਮੇਰੇ ਨਾਲ ਨਹੀਂ ਸ਼ੋਅ ਕੀ ਕਰਨੀ ਜਦੋਂ ਤਾਂ ਸਜਾਦ ਬਾਈ ਤੁਹਾਡੇ ਨਾਲ ਮੈਂ ਸ਼ੋਅ ਹਾਕਾ ਕਰਨ ਵਾਲਾ ਕਾਫਰ ਬੇਸ਼ੱਕ ਔਰ ਸੁਣਨ ਵਾਲਾ ਤਾਂ ਮਾਸ਼ਾਅੱਲਾ ਲਾੜਾ ਅੱਛਾ ਕੁਛ ਸਵਾਲ ਨੇ ਮੇਰਾ ਕੰਮ ਆ ਸਵਾਲ ਕਰਨਾ ਜੀ ਜੀ ਤੁਹਾਡਾ ਇਹੀ ਕੰਮ ਹੈ 100 ਦਾ 50 ਦਾ ਨਹੀਂ ਸਵੇਰੇ ਨਿਹਾਰ ਮੂੰਹ ਤੁਸੀਂ ਕਿੰਨੇ ਆਂਡੇ ਖਾ ਸਕਦੇ ਅੱਛਾ ਆਂਡਾ ਪਕਾ ਕੇ ਖਾਣਾ ਕਿਉਂ ਜੀ ਜਿਸ ਤਰ੍ਹਾਂ ਵੀ ਪਕਾ ਕੇ ਉਬਾਲ ਕੇ ਮਕਸਦ ਹੈਗਾ ਕਿ ਕਿੰਨੇ ਆਂਡੇ ਮੈਂ ਨਿਹਾਰ ਮੂੰਹ ਜ਼ਿਆਦਾ ਤੋਂ ਜ਼ਿਆਦਾ 8 ਉਹ ਜਾਹਲਾ ਕੰਮ ਮਕਲਾ ਗਲਤ ਜਵਾਬ ਕਿਉਂ ਜਦੋਂ ਤੂੰ ਇੱਕ ਆਂਡਾ ਖਾ ਲੈਣਾ ਪਹਿਲਾਂ ਫਿਰ ਤੂੰ ਨਿਹਾਰ ਮੂੰਹ ਰਹਿਣਾ ਹੀ ਨਹੀਂ ਕੈਸਾ ਬਹੁਤ ਅੱਛੇ ਇਸ ਤੋਂ ਇਲਾਵਾ ਕੋਈ ਘਟੀਆ ਸਵਾਲ ਹੈ ਬੇਟਾ ਮੈਂ ਸ਼ਕਲ ਵੇਖ ਕੇ ਸਵਾਲ ਕਰਦਾ ਹਾਂ ਤੂੰ 2 ਮਿੰਟ ਹੋਰ ਮੇਰੇ ਕੋਲ ਖੜਾ ਰਿਹਾ ਮੈਂ ਹੋਰ ਘਟੀਆ ਕਰਾਂਗਾ ਘਟੀਆ ਆਪਣਾ ਵੱਧਦਾ ਜਾਣਾ ਅੱਛਾ ਪਹਿਲੇ ਦੱਸ ਪਾਕਿਸਤਾਨ ਦਾ ਨਾਂ ਕਿਹਨੇ ਰੱਖਿਆ ਪਾਕਿਸਤਾਨ ਦਾ ਨਾਮ ਛੱਡ ਪਹਿਲੇ ਤੇਰਾ ਨਾਂ ਕਿਹਨੇ ਰੱਖਿਆ ਮੇਰਾ ਨਾਮ ਮੇਰੇ ਵਾਲਾ ਸਾਹਿਬ ਨੇ ਪਾਕਿਸਤਾਨ ਦਾ ਕਿਹਨੇ ਰੱਖਿਆ ਪਾਕਿਸਤਾਨ ਦਾ ਉਹਨਾਂ ਦੇ ਵਾਲਾ ਸਾਹਿਬ ਨੇ ਤੁਹਾਨੂੰ ਇੰਨਾ ਪਤਾ ਮੈਨੂੰ ਲੱਗਦਾ ਕਹਿ ਤੁਸੀਂ ਲੋਕਾਂ ਨੂੰ ਸੁਣਦੇ ਮੈਂ ਤੁਹਾਨੂੰ ਸੁਣਨਾ ਕੈਸਾ ਹੈ ਯਾਦ ਬਾਈ ਤੁਸੀਂ ਬਹੁਤ ਹਸਾਉਂਦੇ ਹੋ ਜੇ ਤੁਹਾਡੇ ਕੋਲ ਗੱਲ ਨਾ ਹੋਵੇ ਤੁਸੀਂ ਗੁਦਗੁਦੀ ਕੱਢਣ ਲੱਗ ਜਾਂਦੇ ਇਹ ਦੱਸ ਜਿਹੜਾ 5,000 ਵਾਲਾ ਨੋਟ ਹੁੰਦਾ ਹੈ ਅਕਸਰ ਦੂਸਰਿਆਂ ਲੋਕਾਂ ਕੋਲ ਹੁੰਦਾ ਤੇਰੇ ਤੋਂ ਇਲਾਵਾ ਹਾਂਜੀ ਇਹਦੇ ਤੇ ਇੱਕ ਇਮਾਰਤ ਬਣੀ ਹੁੰਦੀ ਬਣੀ ਹੁੰਦੀ ਉਹ ਪਾਕਿਸਤਾਨ ਦੀ ਕਿਹੜੀ ਇਮਾਰਤ ਹੁੰਦੀ ਚਬੁਰਜੀ ਉਹ 10 ਦੇ ਨੋਟ ਤੇ ਬਣੀ ਹੁੰਦੀ ਜਿਹੜੇ ਤੇਰੇ ਜੇਬ 'ਚ ਹੁੰਦੇ ਮੈਂ 5,000 ਵਾਲੇ ਦੀ ਗੱਲ ਕਰ ਰਿਹਾ 5,000 ਵਾਲੇ ਨੋਟ ਦੇ ਕਿਹੜੀ ਇਮਾਰਤ ਬਣੀ ਹੁੰਦੀ ਮੇਰਾ ਖਿਆਲ 5,000 ਵਾਲੇ ਨੋਟ ਦੀ ਇਮਾਰਤ ਕੋਈ ਬਣੀ ਹੁੰਦੀ ਇੱਕ 5,000 ਵਾਲਾ ਨੋਟ ਤੇ ਇੱਕ ਇਮਾਰਤ ਬਣੀ ਹੁੰਦੀ ਪਾਕਿਸਤਾਨ ਦੀ ਇੱਕ ਬੜੀ ਮਸ਼ਹੂਰ ਇਮਾਰਤ ਬਣੀ ਹੁੰਦੀ ਉਹ ਕਿੰਨੀ ਦੇਰ ਹੋਈ ਵੇਖਿਆ 5,000 ਵਾਲਾ ਨੋਟ 5,000 ਵਾਲਾ ਨੋਟ ਮੇਰਾ ਖਿਆਲ ਕੋਈ 1.5 ਘੰਟਾ ਪਹਿਲੇ ਦੇਖਿਆ ਹਾਂ ਉਹ ਕਿੱਦਾਂ ਕੋਈ ਦੇ ਰਿਹਾ ਹੋਣਾ ਕਿਸੇ ਨੂੰ ਕਿਸੇ ਨੇ ਇੰਝ ਫੜਾਇਆ ਹੋਣਾ ਤੂੰ ਇੰਝ ਦੇਖਿਆ ਹੋਣਾ ਉਹ ਜਿਵੇਂ ਤੁਹਾਨੂੰ ਨਹੀਂ ਵੇਖਣ ਡੇ ਜੀ ਮੈਂ 5,000 ਵੇਖਿਆ ਮੇਰੇ ਕੱਲ ਤੇਰਾ ਵਿਆਹ ਵਾ ਤੈਨੂੰ ਐਸੇ ਨੋਟ ਹੋਣੇ ਆ 5,000 ਵਾਲੇ ਇੰਝ ਤੈਨੂੰ ਵੇਖੀ ਤੇਰੇ ਵਿਆਹ ਤੇ ਨੋਟ ਹੋਣੇ ਤੈਨੂੰ ਪਤਾ ਹੀ ਨਹੀਂ ਹੁੰਦਾ ਕਮਰੇ ਦੇ ਅੰਦਰ ਨੋਟ ਹੋ ਰਹੇ ਹੋਣੇ
ਤੂੰ ਅੰਦਰ ਜਾਣਾ ਤੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ ਦੇਖ ਕੇ ਤੈਨੂੰ ਗੁੱਸਾ ਚੜ ਜਾਣਾ। ਅੱਛਾ ਨਹੀਂ ਨਹੀਂ ਮੈਂ ਵਿਆਹ ਕਰ ਰਿਹਾ ਯਾਰ। ਅੱਛਾ ਚੱਲ ਦੱਸ ਨਾ ਯਾਰ 5000 ਵਾਲੇ ਨੋਟ ਤੇ ਕਿਹੜੀ ਬਿਲਡਿੰਗ ਬਣੀ ਹੁੰਦੀ ਮੇਰੇ ਹਿਸਾਬ ਨਾਲ। ਹਾਰ ਗਿਆ ਹਾਰ ਗਿਆ ਫੈਸਲ ਮਸਜਿਦ ਯਾਰ ਬਹੁਤ ਅੱਛੇ ਫੈਸਲ। ਮੈਂ ਹੁਣ ਤੈਨੂੰ ਅਗਲੀ ਗੱਲ ਨਹੀਂ ਕਹਿ ਸਕਦਾ ਤੇ ਚੱਲ ਕੋਈ ਨਹੀਂ ਫੈਸਲ ਮੰਦਰ। ਅੱਛਾ ਥੋੜ੍ਹਾ ਮੂੰਹ ਢਿੱਲਾ ਛੱਡ। ਵਾਲੇਕੁਮ ਸਲਾਮ। ਉਹ ਮੈਂ ਮੂੰਹ ਢਿੱਲਾ ਛੱਡ ਕੇ ਆਇਆ। ਵਾਲੇਕੁਮ ਸਲਾਮ। ਦੇਖੋ ਅੱਛਾ ਭਾਵੇਂ ਤੁਹਾਡੇ ਨਾਲ ਇੱਕ ਮੈਂ ਸਵਾਲ ਕਰਨਾ ਸੀ। ਕਿਹੜਾ ਸਵਾਲ ਕਰਨਾ ਤੁਸੀਂ? ਅੱਛਾ ਇੱਦਾਂ ਦਾ ਕਿਉਂ ਮੂੰਹ ਬਣਾ ਰਹੇ ਤੁਸੀਂ? ਕਿਹਦੇ ਵਰਗਾ ਬਤਖ ਦੇ ਪੰਜੇ ਆ। ਇਹ ਦੇਖੋ ਇਹ ਲੱਜ ਦਾ ਬਤਖ ਆ ਬਤਖ ਦੇ ਪੰਜੇ ਇਹ ਇੱਥੇ ਦਾ ਨਾ ਸਟਾਈਲ ਆ। ਮਤਲਬ ਕਿ ਉਹਨੇ ਕਿ ਬਤਖ ਮੈਂ ਕੈਸਾ ਤੇਰਾ ਬਤਖ ਦੇ ਪੰਜੇ ਨਹੀਂ ਕਹਿੰਦਾ ਬਤਖ ਦੇ ਪੰਜੇ ਵਰਗਾ ਮੂੰਹ ਹੁੰਦਾ ਬਤਖ ਹੈ। ਮੈਨੂੰ ਸਵਾਲ ਹੋਈ ਹੈ ਪਿਛਲੇ ਵਾਲੇ ਕਿਉਂਕਿ ਮੈਨੂੰ ਜਵਾਬ ਨਹੀਂ ਸੀ ਮਿਲੇ ਮੈਂ ਇੱਥੋਂ ਮੈਨੂੰ ਸ਼ਾਇਦ ਜਵਾਬ ਮਿਲ ਜਾਣ। ਹਾਂਜੀ ਤੁਹਾਡਾ ਨਾਂ ਕੀ ਹੈ? ਤਾਹਰ ਅਜ਼ੀਜ਼। ਉਹ ਮੇਰੇ ਮੌਲਾ ਯਾਰ ਆਪਣੇ ਮੂੰਹ ਦੇ ਹਿਸਾਬ ਨਾਲ ਨਾਂ ਰੱਖ। ਕੀ ਨਾਂ ਹੈ? ਤਾਹਰ ਅਜ਼ੀਜ਼। ਤਾਹਰ ਅਜ਼ੀਜ਼ ਤਾਹਰ ਤਾਹਰ ਅਜ਼ੀਜ਼ ਤੂੰ ਸਿਰਫ ਉਦੋਂ ਦੱਸਿਆ ਕਰ ਜਦੋਂ ਤੂੰ ਤਾਜ਼ੀ ਤਾਜ਼ੀ ਸ਼ੇਵ ਕਰਾਈ ਹੋ। ਜਦੋਂ ਵਾਲ ਵੱਧਦੇ ਨਾ ਉਦੋਂ ਨਾਂ ਟੋਨੀ ਮੋਨੀ ਕਾਕਾ ਮੰਨਾ ਸ਼ੇਵ ਦੇ ਹਿਸਾਬ ਨਾਲ ਨਾਂ ਬਦਲ ਲਿਆ ਕਰ। ਇਹ ਨਹੀਂ ਚੱਲਣਾ ਹੁਣ। ਆਹੋ ਸਾਰੇ ਦੱਸੋ ਜਿਹੜਾ ਆਂਡਾ ਹੁੰਦਾ ਇੱਕ ਆਂਡਾ ਹੁੰਦਾ ਇੱਕ ਹੁੰਦਾ ਦੋ ਹੁੰਦੇ ਤਿੰਨ ਹੁੰਦੇ ਇੱਕ ਹੁੰਦਾ। ਭੈਣ ਗੱਲ ਤੇ ਸੁਣ ਲਓ ਨਾ ਬੜਾ ਗੁੱਸੇ ਨਾਲ ਆਵਾਜ਼ ਦੇਣ ਵਾਲੇ ਅੱਥਰ ਗਾ ਤੁਹਾਡਾ ਮੂੰਹ ਆ ਉਰੇ ਹੈ ਨਾ ਕਹਿ ਹੋਰ ਕਰ ਲਾ ਬਦਲਣਾ। ਨਹੀਂ ਕਰੋ ਬੜਾ ਰਿਕੁਐਸਟ ਕਰਨਾ ਦੇ ਅੱਥਰ ਗਾ ਮੂੰਹ ਤੁਹਾਡਾ ਭੈਣ ਇੱਕ ਮਿੰਟ ਭੈਣ ਦੱਸੋ ਜਿਹੜਾ ਆਂਡਾ ਹੁੰਦਾ ਹਾਂਜੀ ਇਹਨੂੰ ਖਿੱਚ ਕੇ ਕਿਸ ਤਰੀਕੇ ਨਾਲ ਫਰਸ਼ ਤੇ ਮਾਰਾਂਗੇ ਤੇ ਨਹੀਂ ਟੁੱਟੇਗਾ। ਆਂਡਾ ਕਿਹੜਾ ਚਾਈਨਾ ਦਾ ਕਿ ਮਾਰਬਲ ਦਾ? ਆਂਡਾ ਮੁਰਗੀ ਦਾ। ਮੁਰਗੀ ਦਾ? ਹਾਂ ਤੇ ਮੁਰਗੀ ਵੀ ਤਾਂ ਸੁੱਟਦੀ ਹੋਈ ਆ ਉਦੋਂ ਕਿਹੜਾ ਟੁੱਟਦਾ? ਮੁਰਗੀ ਤੇਰਾ ਬਿਲਕੁਲ ਮੁਰਗੀ ਦਿਹਾੜੀ 'ਚ ਕਿੰਨੇ ਕਿੰਨੇ ਸੁੱਟ ਲੈਂਦੀ ਆ ਨਹੀਂ ਟੁੱਟਦਾ। ਮੈਂ ਸੁਬਹਾ 6 ਲੈਣਗੀਆਂ 3 ਤੋੜ ਲੈ। ਕਿਸ ਤਰ੍ਹਾਂ ਸਿੱਟਾਂਗੇ ਤੇ ਨਹੀਂ ਟੁੱਟੇਗਾ? ਨਹੀਂ ਟੁੱਟੇਗੇ ਦੀ ਗੱਲ ਹੋ ਰਹੀ ਹੈ। ਤੁਸੀਂ ਇੱਦਾਂ ਕਰੋ ਨਾ ਪਹਿਲੇ ਪੈਰ 'ਤੇ ਸੁੱਟ ਲਓ ਫਿਰ ਇੰਝ ਕਰਕੇ ਰੋੜ ਕੇ ਜ਼ਮੀਨ 'ਤੇ ਸੁੱਟ ਲਓ। ਮੈਂ ਕਹਿੰਦਾ ਭਾਅ ਜੀ ਤੁਸੀਂ ਆਂਡਾ ਲਾਓ ਉਹਨੂੰ ਵਾਲੋ ਭਾਵੇਂ ਜਿੱਦਾਂ ਮਰਜ਼ੀ ਸੁੱਟੀ ਕਰੋ ਆਵਾਜ਼ ਲਾਓ ਉਹਨੂੰ ਆਵਾਜ਼ ਲਾਓ। ਵਾਹ ਇਹਦਾ ਲਫ਼ਜ਼ ਸੁਣੋ ਤੁਸੀਂ ਉਹ ਬਤਖ ਕਹਿੰਦਾ ਸੀ ਉਹ ਕਹਿੰਦਾ ਵਾਲ ਲਓ ਹੁਣ ਨਹੀਂ ਆਂਡਾ ਲਵੋ ਉਹਨੂੰ ਵਾਲ ਲਓ। ਅੰਡਾ ਤੋੜ ਕੇ ਕੀ ਕਰਨਾ ਤੂੰ ਸਾਇਰ ਤੇ ਯਾਰ ਕੋ ਹੋਰ ਪਾਣੇ ਦਰਾਓ ਕੈਸਾ ਤੇਰਾ ਨਿਸ਼ਾਨਾ ਲਾਉਣ ਵਰਗਾ ਹੱਥਾਂ ਦਾ ਮੂੰਹ ਹੈ ਕੰਟਰ ਹੋ ਗਿਆ ਅੱਜ ਤੱਕ ਮੈਂ ਸਿਰਫ ਹੱਥਾਂ ਨਾਲ ਜੁਗਦਾ ਮਾਰ। ਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਨਾਂ ਕੀ ਬਣ ਜੀ? ਬਸ਼ਾਰਤ ਅਲੀ ਰਸ਼ਾਦ ਦਾ ਜੱਟ ਸ਼ਹਿਰ ਲੁਧਿਆਣਾ ਚੱਕ ਜੀਨ ਦੇ ਛੋਟਾ ਘਿਆਲਾ ਚੱਕ ਨੰਬਰ 57 ਜੀਨ ਦੇ ਭਾਈਆਂ 'ਚ ਪੰਜਵਾਂ ਨੰਬਰ ਵਿਰਾਸਤ 'ਚ ਤੀਸਰਾ ਹਿੱਸਾ ਸੀ ਸੀ 6 ਵਾਰਡ ਨੰਬਰ 1 ਸੀਨੀਅਰ ਜਨਰਲ ਕੌਂਸਲ ਮਹੱਲਾ ਜਾਸਵੰਤ ਗਲੀ ਨੰਬਰ 8। ਅੱਛਾ ਭਾਣੇ ਦੱਸੋ ਕਿਹੜਾ ਜਾਨਵਰ ਹੈ ਜਿਹਦੇ ਕੋਲ ਪਿੱਛੇ ਨੂੰ ਨਹੀਂ ਤੁਰਿਆ ਜਾਂਦਾ? ਕੱਛੂ ਗੁੰਮਾ। ਯਾਰ ਦੱਸੋ ਆਂਡਾ ਕਿੱਦਾਂ ਖਿੱਚ ਕੇ ਫਰਸ਼ ਤੇ ਮਾਰਾਂਗਾ ਤਾਂ ਨਹੀਂ ਟੁੱਟੇਗਾ? 2 ਰੁਪਏ ਦਾ ਮਿਲਦਾ ਵਾ ਜਿੰਨਾ ਖੇਲੀ ਦਾ। ਅੱਛਾ ਮੁਰਗੀ ਦਾ ਆਂਡਾ ਉਹ ਅਵਾਲ ਕੇ? ਅਵਾਲ ਕੇ ਨਹੀਂ ਭਾਣੇ ਵਾਲ ਕੇ ਵੀ ਟੁੱਟ ਜਾਣਾ। ਵਾਲ ਕੇ ਕਿਹੜਾ ਪੱਥਰ ਦਾ ਹੋ ਜਾਣਾ? ਆ ਤਾਂ ਫਰਸ਼ ਤੇ ਰੂੰ ਰੱਖ ਲਓ ਫੇਲ ਹੀ ਟੁੱਟੂ। ਸਰ ਕਿਹੜਾ ਉਹ ਠਹਿਰ ਜਾ ਯਾਰ ਹੁਣ ਇੱਕ ਮਿੰਟ ਇੱਥੇ ਤੇਰੀ ਆਵਾਜ਼ ਨਹੀਂ ਨਿਕਲਣ ਦੀ ਉੱਥੇ ਤੂੰ ਜੁਗਤਾ ਕਰੀ ਜਾ ਰਿਹਾ। ਸਰ ਦੱਸੋ ਕਿਹੜਾ ਜਾਨਵਰ ਆ ਜਿਹਦੇ ਪਿੱਛੇ ਨਹੀਂ ਤੁਰਿਆ ਜਾਂਦਾ? ਮੇਰੇ ਖਿਆਲ ਨਾਲ ਫਿਸ਼ ਹੈ। ਫਿਸ਼ ਮੱਛੀ 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 ਨਹੀਂ ਲੇਕਿਨ ਜਿਹੜਾ ਮੇਰੇ ਕੋਲ ਜਵਾਬ ਆ ਉਹ ਕੋਈ ਹੋਰ ਆ। ਇਹ ਵੀ ਠੀਕ ਹੈ ਚਲੋ ਆਉਂ ਇਹ ਵੀ ਠੀਕ ਹੈ ਲੇਕਿਨ ਇੱਕ ਹੋਰ ਵੀ ਹੈ ਭਾਈ ਤੀਵੀਂ ਤੀਵੀਂ ਬੜਾ ਖਰੋੜ ਵਰਗਾ ਮੂੰਹ ਹੈ ਤੀਵੀਂ 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 ਬੀਵੀ ਬੀਵੀ ਨੂੰ ਤੀਵੀਂ ਕਹਿੰਦੇ ਨੇ ਇੱਥੇ ਸਾਡੇ ਇਲਾਕੇ ਨਹੀਂ ਇੱਕ ਤੇ ਤੀਵੀਂ ਹੁੰਦੀ ਨਾ ਬੰਦਾ ਕਹਿੰਦਾ ਯਾਰ ਉਹ 1-2 ਤੀਵੀਂ ਫੜ ਕੇ ਲਿਆ ਜਾ ਦੇ ਤੀਵੀਂ ਵੀ ਹੁੰਦੀ ਹੈ। ਆਹੋ ਲੇਕਿਨ ਇਹ ਤੀਵੀਂ ਮੈਂ ਆਪਣੀ ਤੀਵੀਂ ਨੂੰ ਜਿੰਨੀ ਵਾਰੀ ਕਿਹਾ ਨਾ ਮੁੜ ਜਾ ਉਹ ਨਹੀਂ ਮੁੜੀ ਉਹ ਤੁਹਾਡੀ ਜਿਹੜੀ ਬੀਵੀ ਉਹ ਤੀਵੀਂ ਆ ਯਾਰ ਤੁਸੀਂ ਭਾਈ ਮੁਖਾਲ ਤੁਸੀਂ ਕਹਿ ਰਹੇ ਮੈਂ ਆਪਣੀ ਤੀਵੀਂ ਨੂੰ ਬੀਵੀ ਨੂੰ ਜਾਨੀ ਬੀਵੀ ਨੂੰ ਤੇ ਬੀਵੀ ਤੀਵੀਂ ਆ ਤੁਹਾਡੀ? ਨਹੀਂ ਬੀਵੀ ਉਹ ਪਹਿਲੀ ਆ। ਅੱਛਾ 30 ਸਾਲ ਹੋ ਗਏ ਉਹਨਾਂ ਰਹਿੰਦੇ ਆ ਮੈਨੂੰ ਤੀਵੀਂ ਹੋ ਗਈ। ਵਾਹ ਵਾਹ ਚਲੋ ਭਾਈ ਦੱਸੋ ਆਂਡਾ ਕਿੱਦਾਂ ਖਿੱਚ ਕੇ ਫਰਸ਼ ਤੇ ਮਾਰਾਂਗੇ ਤੇ ਨਹੀਂ ਟੁੱਟੇਗਾ? ਉਹ ਕਿਸੇ ਦਾ ਮੂੰਹ ਥੱਲੇ ਪਿਆ ਹੋਵੇ ਉਹ ਤੋਂ ਆਂਡਾ ਮਾਰੋ ਨਹੀਂ ਟੁੱਟੇਗਾ। ਟੁੱਟ ਜਾਏਗਾ ਭਾਈ? ਨਹੀਂ ਉਹਦੇ ਮੂੰਹ 'ਚ ਜਾਏਗਾ ਸਿੱਧਾ ਹੁੰਦਾ ਭਾਈ ਫਰਸ਼ ਤੇ ਸਿੱਟਣਾ ਕੋਈ ਮੂੰਹ ਨਹੀਂ ਹੈਗਾ ਕੋਈ ਗੱਲ ਨਹੀਂ ਹੈ ਕੋਈ ਮੂੰਹ ਮਲਾਜ਼ਾ ਨਹੀਂ ਹੈ ਸਿੱਧਾ ਹੀ ਫਰਸ਼ ਤੇ ਠਾ ਸਿੱਧਾ ਫਰਸ਼ ਤੇ ਤੇ ਕਿੱਦਾਂ ਨਹੀਂ ਟੁੱਟੇਗਾ ਉਹ? ਇਹ ਫਰਸ਼ ਤੇ ਪਹਿਲੇ 6 ਇੰਚ ਪਾਣੀ ਕਰ ਲਓ ਕੱਠਾ। ਫਰਸ਼ ਤੇ ਕੁਝ ਨਹੀਂ ਹੈਗਾ ਸਿੱਧਾ ਫਰਸ਼ ਹੀ ਆ ਖੁਦਾ ਦਾ ਨਾਮ ਭਾਜੀ। ਓਹੋ ਫਰਸ਼ ਦੇ ਉੱਤੇ ਪਾਣੀ ਇਕੱਠਾ ਕਰੋ 6 ਇੰਚ ਉਹਦੇ ਵਿੱਚ ਆਂਡਾ ਮਾਰੋ ਆਂਡਾ ਇੰਜ ਕਰਕੇ ਬੁਬਲੇ ਖਾਂਦਾ ਥੱਲੇ ਜਾਏਗਾ ਫਿਰ ਉੱਪਰ ਆ ਜਾਏਗਾ।
ਜਿਹੜਾ ਸੀ ਨਹੀਂ ਪਾਣੀ ਪਾਉਣਾ ਸੀ ਸਾਦੇ ਫਰਸ਼ ਤੇ ਮਾਰਨਾ ਸਾਦੇ ਫਰਸ਼ ਤੇ ਮਾਰਨਾ ਮੈਂ ਟੁੱਟੇ ਨਾ ਹਾਂ ਜਿੱਦਾਂ ਹੈ ਨਹੀਂ ਜ਼ਮੀਨ ਹਾਂਜੀ ਫਰਸ਼ ਇੱਦਾਂ ਤੁਸੀਂ ਇਸ ਤਰ੍ਹਾਂ ਕਰੋ ਚਾਈਨਾ ਦਾ ਆਂਡਾ ਲਵੋ ਪਾਈਨਸਲ ਆਂਡਾ ਮੁਰਗੀ ਦਾ ਚਾਈਨਾ ਦੀਆਂ ਮੁਰਗੀਆਂ ਨਹੀਂ ਆਉਂਦੀਆਂ ਵੀ ਚਾਈਨਾ ਦੇ ਬੰਦੇ ਦੇਖ ਕੇ ਮੈਂ ਇੱਥੇ ਫਿਰਦੇ ਤੁਸੀਂ ਕਹਿੰਦੇ ਆਂਡਾ ਚਾਈਨਾ ਦਾ ਚਾਈਨਾ ਦੀ ਮੁਰਗੀ ਕਿਹੜਾ ਐਡਾ ਸਖਤ ਆਂਡਾ ਦਿੰਦੀ ਹੈ ਉਹ ਸਰ ਦੇਖੋ ਉਹਨਾਂ ਨੂੰ ਕੈਮੀਕਲ ਸਾਲਟ ਐਸੇ ਖਵਾਏ ਜਾਂਦੇ ਨੇ ਕਿ ਜਿਹਦੀ ਵਜ੍ਹਾ ਤੋਂ ਉਹਨੇ ਤਾਕਤਵਰ ਆਂਡਾ ਦਿੰਦੀਆਂ ਨੇ ਪਹਿਣਾ ਚੈਨਲ ਤੇ ਮਮਨੂ ਅਸੀਂ ਕੱਢ ਨਹੀਂ ਆਉਣਾ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਹੁਣ ਦੱਸੋ ਵੀ ਜਿਹੜਾ ਚਾਈਨਾ ਦਾ ਆਂਡਾ ਨਾ ਮੇਰਾ ਖਿਆਲ ਹੈ ਚਾਈਨਾ ਹਰ ਕਿਸਮ ਦੀ ਚੀਜ਼ ਕੱਢੀ ਜਾ ਰਿਹਾ ਆਂਡਾ ਵੀ ਚਾਈਨਾ ਦਾ ਕੱਢਿਆ ਹੋਏਗਾ ਅੱਛਾ ਇਹ ਦੱਸੋ ਕਿਹੜਾ ਐਸਾ ਲਫ਼ਜ਼ ਆ ਜੀ ਜਿਹੜਾ ਅਸੀਂ ਲਿਖਦੇ ਹਾਂ ਪਰ ਪੜ੍ਹਦੇ ਨਹੀਂ ਅਸੀਂ ਹਾਂ ਕਿਹੜਾ ਐਸਾ ਲਫ਼ਜ਼ ਹੈ ਜੋ ਹਮ ਲਿਖਦੇ ਹਾਂ ਪਰ ਪੜ੍ਹਦੇ ਨਹੀਂ ਇਹ ਵੈਸੇ ਬਰੀਕੀ ਵਾਲਾ ਸਵਾਲ ਹਾਂਜੀ ਇਹ ਵੈਸੇ ਬਰੀਕੀ ਵਾਲਾ ਸਵਾਲ ਹੈ ਹਾਂਜੀ ਆਪਣੇ ਆਪ ਨੂੰ ਪੈਂਦੀਆਂ ਕੋਈ ਤਾਂ ਪੜ੍ਹ ਸਕਦਾ ਨਾ ਕੋਈ ਪੜ੍ਹੇ ਤੁਸੀਂ ਇੱਧਰ ਉੱਧਰ ਕਿਉਂ ਇੰਨਾ ਫਿਰ ਰਹੇ ਹੋ ਮੇਰਾ ਸਵਾਲ ਤੇ ਰਹੋ ਸਰ ਮੈਂ ਜਦੋਂ ਸਵੇਰੇ 9 ਵਜੇ ਘਰੋਂ ਨਿਕਲਦਾ ਨਾ ਤੇ ਮੈਂ ਸਾਰਾ ਦਿਨ ਮੋਟਰਸਾਈਕਲ ਤੇ ਫਿਰਦਾ ਮੈਨੂੰ ਫਿਰਨ ਤੁਰਨ ਦੀ ਆਦਤ ਹੈ ਜਿੱਥੋਂ ਮੈਨੂੰ ਕੋਈ ਚੰਗੀ ਗੱਲ ਲੱਭਦੀ ਮੈਂ ਲੈ ਲੈਂਦਾ ਦੇਖ ਲਓ ਮੈਂ ਤੁਹਾਨੂੰ ਲਾਜਵਾਬ ਕਰ ਦਿੱਤਾ ਹੈ ਪੈਣ ਕਿਹੜਾ ਆਂਡਾ ਜਿਹੜਾ ਖਿੱਚ ਕੇ ਫਰਸ਼ ਤੇ ਮਾਰੋ ਤੇ ਨਹੀਂ ਟੁੱਟਦਾ ਅੱਛਾ ਵੈਸੇ ਜ਼ੁਬਾਨ ਦੇ ਤੁਸੀਂ ਪੱਕੇ ਕਿਹੜਾ ਜਾਨਵਰ ਹੈ ਜਿਹੜਾ ਪਿੱਛੇ ਨੂੰ ਨਹੀਂ ਹੁੰਦਾ ਵੈਰੀ ਗੁੱਡ ਕਿਹੜਾ ਲਫ਼ਜ਼ ਆ ਜੋ ਹਮ ਲਿਖਤੇ ਆ ਪੜ੍ਹਦੇ ਨਹੀਂ ਹੈ ਵੈਰੀ ਗੁੱਡ ਮੈਂ ਜ਼ਰਾ ਜੀ ਨਹੀਂ ਮੈਨੂੰ ਦੱਸੋ ਮੈਨੂੰ ਕੋਈ ਟਾਈਮ ਦਿਓ ਮੈਂ ਕੋ ਨਾ ਕੋਈ ਲੈ ਮੈਂ ਤੁਹਾਨੂੰ ਟਾਈਮ ਨਹੀਂ ਦਿੰਨਾ ਤੁਸੀਂ ਮੈਨੂੰ ਟੀਵੀ ਦਾ ਨੰਬਰ ਦਿਓ ਹੈ ਟੀਵੀ ਦਾ ਨਹੀਂ ਤਾਂ ਕਿਸੇ ਟਾਈਮ ਹੀ ਨਹੀਂ 0 0 330 30 30 30 30 ਤੀਆਂ ਦਾ ਧੰਨ ਪਰਾਇਆ ਵੇ ਬਾਲ ਨਹੀਂ ਮੈਨੂੰ ਕੁਛ ਟਾਈਮ ਹੀ ਟਾਈਮ ਦਾ ਅੱਛਾ ਤੁਸੀਂ ਚਲੋ ਮੈਨੂੰ ਦੱਸ ਦਿਓ ਇਹਨਾਂ ਜਿਹੜੇ ਤਿੰਨ ਕੁਐਸਚਨ ਕੀਤੇ ਨੇ ਮੈਂ ਤੁਹਾਨੂੰ ਹੋਰ ਉਹਨੂੰ ਮੈਂ ਸਵਾਲ ਕਰਨਾ ਸਾਰਿਆਂ ਨੂੰ ਪਤਾ ਲੱਗ ਜਾਣਾ ਬਾਅਦ ਚ ਮੈਂ ਤੁਹਾਨੂੰ ਜਵਾਬ ਕੇ ਦੱਸਾਂ ਜਵਾਬ ਮੈਂ ਐਂਡ ਤੇ ਦੱਸਾਂਗਾ ਤੇ ਤੁਸੀਂ ਚਲੋ ਵੀ ਨੈਕਸਟ ਇਧਰ ਆ ਭਾਈ ਭਾਈ ਤੁਹਾਨੂੰ ਕਵਾਈ ਹੋਈ ਹੈ ਤੁਸੀਂ ਆਕੜ ਕੇ ਆ ਭਾਈ ਮੈਨੂੰ ਕਵਾਈ ਨਹੀਂ ਹੋਈ ਉਰੇ ਆ ਇੱਕ ਮਿੰਟ ਨਾਦਰੇ ਨੇ ਇਧਰ ਨਾਦਰੇ ਨੇ ਪਛਾਣਿਆ ਤੁਸੀਂ ਇਹਨੂੰ ਤੁਸੀਂ ਕਿਤੇ ਮੇਰੇ ਨਾਲ ਦੇਖਿਆ ਜੀ ਇਹ ਚੌਧਰੀ ਹੈ ਤੁਸੀਂ ਪਛਾਣਿਆ ਤੇ ਹੋਏਗਾ ਇਹ ਚੌਧਰੀ ਨੂੰ ਹਰ ਦਫਾ ਮੈਂ ਮਾਰੀ ਮੇਰੀ ਗੱਲ ਸੁਣਨੀ ਨਿਹਾਰ ਮੂੰਹ ਸੁਬਾ ਉੱਠ ਕੇ ਤੇਰੇ ਅੱਗੇ 12 ਆਂਡੇ ਪਏ ਹੁਣ ਉਬਲੇ ਤੂੰ ਕਿੰਨੇ ਖਾ ਲੇਂਗੀ ਨਿਹਾਰ ਮੂੰਹ ਮੈਂ 5 ਕੁ ਤੇ ਖਾ ਹੀ ਲਾਂਗੀ ਪਾਕਿਸਤਾਨ ਨੋਟ ਹੁੰਦਾ ਇਹਦੇ ਉੱਪਰ ਇੱਕ ਇਮਾਰਤ ਬਣੀ ਹੁੰਦੀ ਹੈ ਉਹ ਕਿਹੜੀ ਇਮਾਰਤ ਆ ਪਾਕਿਸਤਾਨ ਦੀ ਬਸ ਪੈਸੇ ਹੀ ਵੇਖੇ ਨੇ ਕਦੀ ਇਹ ਨਹੀਂ ਵੇਖਿਆ ਕਿ ਉਹਦੇ ਉੱਤੇ ਕੀ ਬਣਿਆ ਤੇ ਕੀ ਨਹੀਂ ਬਣਿਆ ਤੂੰ ਸਿਰਫ ਇਹ ਦੇਖਦੀ ਕਿ ਸਿਫਰ ਪੂਰੇ ਨੇ ਹਾਂ ਬਸ ਸਿਫਰ ਜ਼ਿਆਦਾ ਹੋਣੇ ਚਾਹੀਦੇ ਨੇ ਜਿੰਨੇ ਜ਼ਿਆਦਾ ਹੋਣਗੇ ਉਨਾ ਹੀ ਫਾਇਦਾ ਸਾਡਾ ਹੋਰ ਠੀਕ ਠਾਕ ਆ ਅੱਜ ਕੱਲ੍ਹ ਡਰਾਮਾ ਠੀਕ ਚੱਲ ਡਰਾਮਾ ਬਿਲਕੁਲ ਠੀਕ ਜਾ ਰਿਹਾ ਕਿਉਂਕਿ ਸਾਡੀ ਜੋੜੀ ਬੜੀ ਹਿੱਟ ਗਈ ਹਾਂ ਤੇਰੀ ਮੇਰੀ ਜੋੜੀ ਬੜੀ ਟਿੱਚ ਰਹੇਗੀ